ਜੀ ਅੱਜ ਸੁਸਾਇਟੀ ਦੇ ਵੱਲੋਂ ਬਹੁਤ ਹੀ ਇੱਕ ਹੁੰਦਾ ਸਾਨੂੰ ਇੱਕ ਐਗਜ਼ਾਮਪਲ ਪੇਸ਼ ਕੀਤੀ ਗਈ ਹੈ ਇਨ ਇੰਟਰਸਟ ਆਫ ਦੀ ਮੈਨਕਾਇੰਡ ਐਂਡ ਹਿਊਮੈਨਿਟੀ, ਜਿੱਥੇ ਅੱਜ ਦੇ ਦੌਰ ਦੇ ਵਿੱਚ ਅਸੀਂ ਵੇਖਦੇ ਹਾਂ ਕਿ ਬਈ ਇੰਨਾ ਕੁ ਜ਼ਿਆਦਾ ਹੋਰ ਜ਼ਿਆਦਾ ਸੋਸ਼ਲ ਇਸ਼ੂਜ਼ ਦਾ ਕੰਮ ਚੱਲ ਰਿਹਾ ਹੈ ਅਤੇ ਇੱਥੇ ਹੀ ਇੱਕ ਸੁਸਾਇਟੀ ਨੇ ਇੱਕ ਮਿਸਾਲ ਕਾਇਮ ਕੀਤੀ ਹੈ ਜਿੱਥੇ ਆਪਣੇ ਵੱਲੋਂ ਇੱਕ ਇਨ ਦੀ ਇੰਟਰਸਟ ਆਫ ਮੈਨਕਾਇੰਡ ਅੱਖਾਂ ਦਾ ਓਪਰੇਸ਼ਨ ਕਰਾਇਆ ਗਿਆ ਅਤੇ ਇਸ ਚੀਜ਼ ਦੀ ਅਸੀਂ ਪ੍ਰਸ਼ਾਸਨ ਦੇ ਹੋਣ ਦੇ ਨਾਤੇ ਬਹੁਤ ਸ਼ਲਾਘਾ ਕਰਦੇ ਹਾਂ ਅਤੇ ਇਹਨਾਂ ਨੂੰ ਜਿੱਥੇ ਵੀ ਕਿਤੇ ਸਾਡੇ ਸਹਿਯੋਗ ਦੀ ਲੋੜ ਪਏਗੀ ਅਸੀਂ ਤਤਪਰਤਾ ਦੇਣ ਨਾਲ ਹਮੇਸ਼ਾ ਹੀ ਤਿਆਰ ਹਾਂ। ਥੈਂਕ ਯੂ। ਕਿਸੇ ਵੀ ਸਮਾਜ ਸੇਵੀ ਸੰਸਥਾ ਦੇ ਲਈ ਅਕਸ਼ਮ ਨੂੰ ਸਕਸ਼ਮ ਬਣਾਉਣਾ ਇਹ ਸਭ ਤੋਂ ਅਹਿਮ ਕੰਮ ਹੈ ਕਿਸੇ ਵੀ NGO ਦਾ। ਪਰ ਅੱਖਾਂ ਕੁਦਰਤ ਦੀ ਨਿਆਮਤ ਆ, ਲੇਕਿਨ ਕਿਸੇ ਵਜ੍ਹਾ ਕਰਕੇ ਜਿਸ ਵੇਲੇ ਇਹਨਾਂ ਅੱਖਾਂ ਦੇ ਵਿੱਚ ਚਾਹੇ ਉਹ ਮੋਤੀਆ ਦਾ ਹੈ ਜਾਂ ਕੋਈ ਖਰਾਬੀ ਆਉਂਦੀ ਆ, ਅਗਰ ਉਹ ਅਕਸ਼ਮ ਹੋ ਜਾਂਦਾ ਕੋਈ ਵੀ ਮਰੀਜ਼, ਤਾਂ ਉਸ ਨੂੰ ਸਕਸ਼ਮ ਬਣਾਉਣ ਦੇ ਲਈ ਸਰਬ ਨੌਜਵਾਨ ਸਭਾ ਜਿਹੜੀ ਆ ਹਰ ਮਹੀਨੇ ਸਾਡੇ ਸਰਦਾਰ ਜਤਿੰਦਰ ਸਿੰਘ ਜੀ ਕੁੰਡੀ ਸਾਹਿਬ ਅਲਾਇੰਸ ਕਲੱਬ ਦੇ ਇੰਟਰਨੈਸ਼ਨਲ ਪੱਧਰ ਦੇ ਆਫਿਸ ਵੀਰਰ ਜਿਹੜੇ ਆ ਉਹਨਾਂ ਦੇ ਪਰਮ ਸਹਿਯੋਗ ਦੇ ਨਾਲ ਸਰਬ ਨੌਜਵਾਨ ਸਭਾ ਔਰ ਸਰਬ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਦੇ ਨਾਲ ਡਾਕਟਰ ਤੁਸ਼ਾਰ ਅਗਰਵਾਲ ਜੀ ਦੇ ਪਰਉਪਕਾਰ ਸਦਕਾ, ਇਹਨਾਂ ਦੀ ਅਗਵਾਈ ਸਦਕਾ, ਇਹਨਾਂ ਦੇ ਸਹਿਯੋਗ ਸਦਕਾ ਅੱਜ ਫਿਰ ਅਸੀਂ ਇੱਕ ਸੁਭਾਸ਼ ਕੁਮਾਰ ਮਰੀਜ਼ ਦਾ ਜਿਹੜਾ ਅੱਖਾਂ ਦਾ ਸਫਲ ਉਹਨਾਂ ਦਾ ਮੋਤੀਆਬਿੰਦ ਦਾ ਆਪਰੇਸ਼ਨ ਜਿਹੜਾ ਕੀਤਾ ਵਾ ਤੋ ਸਕਸੈਸਫੁਲ ਵੇ ਦੇ ਨਾਲ ਅਸੀਂ ਸਭ ਦੇ ਸਹਿਯੋਗ ਦੇ ਲਈ ਪਰਮ ਜਿਹੜੇ ਆ ਧੰਨਵਾਦੀ।